ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਗੈਂਗਸਟਰ ਸੰਜੀਪ ਮਹਾਇਸ਼ਵਰੀ ਉਰਫ ਜੀਵਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਵਾਰਦਾਤ ਨੂੰ ਲਖਨਊ ਕੋਰਟ ਕੰਪਲੈਕਸ ਦੇ ਵਿੱਚ ਅੰਜਾਮ ਦਿੱਤਾ ਗਿਆ ਜੀਵਾ ਨੂੰ ਕਈ ਗੋਲੀਆਂ ਮਾਰੀਆਂ ਗਈਆਂ ਇਸ ਗੋਲੀਬਾਰੀ ਦੇ ਵਿੱਚ ਦੋ ਹੋਰ ਲੋਕਾਂ ਨੂੰ ਵੀ ਗੋਲੀ ਲੱਗੀ ਹੈ ਇਸ ਘਟਨਾ ਨੂੰ ਅੰਜਾਮ ਦੇਣ ਦੇ ਹਮਲਾਵਰ ਵਕੀਲ ਦੇ ਪੇਸ ਵਿੱਚ ਆਏ ਸਨ ਜਿਨ੍ਹਾਂ ਨੂੰ ਮੌਕੇ ਤੇ ਹੀ ਫੜ ਲਿਆ ਗਿਆ ਦੱਸ ਦਈਏ ਕਿ ਸੰਜੀਵ ਜੀਵਾ ਮੁਖਤਾਰ ਅंसारी ਦਾ ਕਰੀਬੀ ਹੈ ਗੈਂਗਸਟਰ ਭਾਜਪਾ ਨੇਤਾ ਬ੍ਰਹਮਦਤ ਦਿਵੇਦੀ ਦੇ ਕਤਲ ਦਾ ਦੋਸ਼ੀ ਹੈ ਤੇ ਉਸ ਨੂੰ ਪੇਸ਼ੀਲੇ ਅਦਾਲਤ ਵਿੱਚ ਲਿਆਂਦਾ ਗਿਆ ਸੀ ਸੰਜੀਵ ਨੂੰ ਪੱਛਮੀ ਯੂਪੀ ਦਾ ਸਭ ਤੋਂ ਖੁੰਘਾਰ ਅਪਰਾਧੀ ਦੱਸਿਆ ਜਾਂਦਾ ਹੈ ਉਸ ਨੂੰ ਲਖਨਊ ਦੀ ਜੇਲ੍ਹ ਵਿੱਚ ਰੱਖਿਆ ਗਿਆ ਸੀ ਇਥੇ ਇੱਕ ਮਾਮਲੇ ਵਿੱਚ ਪੇਸ਼ ਹੋਣ ਲਈ ਉਹ ਕੋਰਟ ਵਿੱਚ ਲਿਆਂਦਾ ਗਿਆ ਸੀ ਪ੍ਰਿਆगराज ਕਤਲकांड ਦੇ ਕਰੀਬ 4 ਮਹੀਨੇ ਬਾਅਦ ਇਸ ਕਤਲ ਨਾਲ ਸੰਸਣੀ ਫੈਲ ਗਈ ਹੈ ਸੰਜੀਵ ਜੀਵਾ ਮੁਜ਼ੱਫਰਨਗਰ ਦਾ ਰਹਿਣ ਵਾਲਾ ਸੀ ਉਹ ਮੁਖਤਾਰ ਅंसारी ਮੁੰਨਾ ਬਜਰੰਗੀ ਅਤੇ ਪਾਰਟੀ ਗੈਂਗ ਲਈ ਕੰਮ ਕਰਦਾ ਸੀ ਉਸ ਦੇ ਖਿਲਾਫ 3 ਦਰਜਨਾਂ ਦੇ ਕਰੀਬ ਮਾਮਲੇ ਦਸੇ ਜਾ ਰਹੇ ਹਨ ਸੰਜੀਵ ਦੀ ਪਤਨੀ ਪਾਇਨ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਪਤੀ ਦੀ ਜਾਨ ਨੂੰ ਖਤਰਾ ਦੱਸਦੇ ਹੋਏ ਸੁਰੱਖਿਆ ਦੀ ਗੁਹਾਰ ਲਈ ਸੀ